ਲੁਧਿਆਣਾ ਐਸਟੀਐਫ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪ੍ਰਤਾਪ ਚੌਂਕ ਦੇ ਕੋਲ ਸਪੈਸ਼ਲ ਨਾਕਾਬੰਦੀ ਕਰਕੇ ਆਰੋਪੀ ਕੁਲਦੀਪ ਸਿੰਘ ਟੀਟੂ ਅਤੇ ਗੋਬਿੰਦ ਨੂੰ ਮੁੱਖਬਰੀ ਦੇ ਆਧਾਰ ਤੇ ਬਸਤੀ ਜੋਧਿਆ ਚੌਂਕ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਪਾਸੋਂ 1 ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦੀ ਖਬਰ ਹੈ। ਅੱਜ ਲੁਧਿਆਣਾ ਦੇ ਸਿੰਗਲ ਵਿੰਡੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਅਤੇ ਇੰਸਪੈਕਟਰ ਹਰਬੰਸ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਏਐਸਆਈ ਜੈਪਾਲ ਸਿੰਘ ਨੂੰ ਹੋਈ ਮੁੱਖਬਰੀ ਦੇ ਆਧਾਰ ਤੇ ਪ੍ਰਤਾਪ ਚੌਂਕ ਅਤੇ ਬਸਤੀ ਜੋਧਿਆਲ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਸੀ ਜਿਸ ਦੌਰਾਨ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਏਆਈਜੀ ਸ਼ਰਮਾ ਨੇ ਦੱਸਿਆ ਕਿ ਆਰੋਪੀ ਕੁਲਦੀਪ ਸਿੰਘ ਦੇ ਤਾਰ ਪਾਕਿਸਤਾਨ 'ਚ ਬੈਠੇ ਵੱਡੇ ਸਮਗਲਰਾਂ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਇੱਕ ਆਰੋਪੀ ਕੁਲਦੀਪ ਸਿੰਘ ਤੇ ਥਾਣਾ ਨੰਬਰ 6 ਵਿੱਚ ਅਤੇ ਦੂਜੇ ਆਰੋਪੀ ਤੇ ਥਾਣਾ ਬਸਤੀ ਜੋਧਿਆਲ 'ਚ ਐਨਡੀਪੀਐਸ ਦੇ ਮਾਮਲੇ ਦਰਜ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਗਿਆ ਤਾਂ ਕਿ ਆਰੋਪੀਆਂ ਦੇ ਕੋਲ ਹੋਰ ਵੀ ਸੋਰਸਾਂ ਬਾਰੇ ਪਤਾ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਫੜੀ ਗਈ ਹੈਰੋਇਨ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 6 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ। ਜਿਸ ਤਰ੍ਹਾਂ ਤੁਹਾਨੂੰ ਆਪਕੋ ਪ੍ਰੈਸ ਨੋਟ ਮੇਂ ਬਤਾਇਆ ਗਿਆ ਹੈ ਕਿ 57 ਨੰਬਰ FIR ਹਮਨੇ NDPS ਐਕਟ ਕੇ ਅੰਡਰ ਰਜਿਸਟਰ ਕੀ ਹੈ ਜਿਸਮੇ 1 ਕਿਲੋ ਔਰ 30 ਗ੍ਰਾਮ ਹੈਰੋਇਨ ਜੋ ਹੈ ਦੋ ਵਿਅਕਤੀਓਂ ਕੁਲਦੀਪ ਸਿੰਘ ਐਂਡ ਪਲਵਿੰਦਰ ਸਿੰਘ ਸੇ ਰਿਕਵਰ ਕੀ ਹੈ। ਯੇ ਆਦਮੀ ਫਰਦਰ ਜੋ ਪਾਕਿਸਤਾਨ ਸੇ ਕੰਸਾਈਨਮੈਂਟਸ ਆਤੀ ਹੈ ਉਸਮੇ ਸੇ ਪਾਰਟ ਲੇਤੇ ਥੇ ਔਰ ਉਨਕੋ ਫਰਦਰ ਆਪਣੇ ਨੈਟਵਰਕ ਕੇ ਥਰੂ ਕੰਜ਼ਿਊਮਰ ਤੱਕ ਡਿਸਟ੍ਰੀਬਿਊਟ ਕਰਤੇ ਥੇ। ये इनका वन टू वन कंटैक्ट था जी जिसके जरिए ये इनका क्लाइंटेज बेस था उसको जो है सप्लाई करते थे। हाँ ये व्हाट्सएप कॉल यूज़ करते हैं ज़्यादा। ये इनका जो अभी तक हमें पता चला है ये अलग अलग जगह से लेके आ रहे थे। तरनतारन से भी लाते थे, कपूरथला से भी लाते थे, फिरोजपुर से भी लाते थे। जहाँ पे इनको सप्लाई मिल जाए वहाँ से ले आते। जागृति लैली लुधियाना तो सुरेंद्र अरोड़ा सोनी की रिपोर्ट।